بسم اللہ الرحمن الرحیم یا کنا بدو وی یا کنا استین السلام علیکم جی اللہ دے فضل نال اللہ دے کرم نال امید ہے ਤੁਸੀਂ ਵੀ خیر و خیریت نال اونگے اللہ تعالی تانوں بیماریاں تو پریشانیاں تو محفوظ رکھے آمین ਤੁਸੀਂ دیکھ دے اپنا یوٹیوب چینل ایگری کھانے وال میں محمد عمران جی ہاں جی جی بھائی جی ਤੁਹਾਡੇ یوٹیوب چینل ہے ایگری کھانے وال میں محمد عمران ਬਲਿ ਤਾਂ ਅੱਜ ਦਾ ਵਲੌਗ ਜਿਹੜਾ ਆਪਾਂ ਬਣਾਉਂਦੇ ਪਏ ਅੱਜ ਦਾ ਵਲੌਗ ਆਪਾਂ ਫਸਲਾਂ ਦੇ ਮੁਤਲਕ ਕੀ ਬਣਾਉਂਦੇ ਪਏ ਉਹ ਉਹਦੇ ਤੁਹਾਨੂੰ ਆਪਾਂ ਜੀ ਵਿਜ਼ਿਟ ਕਰਾਵਾਂਗੇ ਉਹ ਤੁਹਾਨੂੰ ਦਿਖਾਉਣੇ ਆਓ ਹੁਣ ਆਪਾਂ ਉੱਥੇ ਚੱਲਦੇ ਆਂ ਅੱਛਾ ਭਾਈ ਜੀ ਆ ਤਾਂ ਨਾ ਵੀ ਕਣਕ ਵੀ ਜੀ ਹੋਈ ਆ ਤੇ ਕਣਕ ਦਾ ਵੀ ਕੋਈ ਚੰਗਾ ਬੀਜਿਆ ਹੋਇਆ ਵਾ ਮਾੜਾ ਬੀਜਿਆ ਨਹੀਂਗਾ ਹੋਇਆ ਸੋਨਾ ਬੀਜਿਆ ਵਾ ਚੰਗੀ ਮਾਸ਼ਾਅੱਲਾ ਵੀ ਭਾਰੀ ਕਣਕ ਆ ਅੱਛੀ ਲੱਗੀ ਹੋਈ ਆ ਤੇ ਇਹਦੇ ਵਿੱਚ ਨਾ ਬੰਨਿਆਂ ਦੇ ਉੱਤੇ ਉੱਤੇ ਵੀ ਬੰਨਿਆਂ ਦੇ ਵਿੱਚ ਉੱਤੇ ਇਹਨਾਂ ਰਾਏ ਦਾ ਵੀ ਕੇਰਾ ਕੀਤਾ ਹੋਇਆ ਵੀ ਰਾਏ ਦਾ ਕੇਰਾ ਕੀ ਕੀਤਾ ਹੋਇਆ ਵਾ ਜੀ ਹਾਂਜੀ ਜੀ ਰਾਏ ਦਾ ਕੇਰਾ ਕੀ ਕੀਤਾ ਹੋਇਆ ਵੀ ਜਿਹੜੇ ਜਿੰਨੇ ਵੀ ਬੰਨੇ ਸੀ ਨਾ ਜਿੰਨੇ ਵੀ ਖੇਤਾਂ ਦੇ ਆ ਤਕਰੀਬਨ ਕੋਈ ਬਣ ਜਾਂਦੇ 10-15 ਕਿੱਲੇ 10-15 ਕਿੱਲਾਂ ਦੇ ਵਿੱਚ ਵੀ ਯਾਨੀ ਕਿ ਜਿੱਥੇ-ਜਿੱਥੇ ਬੰਨੇ ਆ ਨਾ ਉੱਥੇ-ਉੱਥੇ ਰਾਏ ਦਾ ਕੇਰਾ ਕੀਤਾ ਹੋਇਆ ਬੰਨਿਆਂ ਦੇ ਉੱਤੇ ਅੱਛਾ ਪਰੂ ਵੀ ਇਸ ਬੰਦੇ ਨੇ ਯਾਨੀ ਕਿ ਇਸੇ ਮਾਲਕ ਨੇ ਇਸੇ ਤਰ੍ਹਾਂ ਹੀ ਕਣਕ ਬੀਜੀ ਸੀ ਕਾਮ ਸੋ ਕਾਮ ਨਾ 30 ਤੋਂ 40 ਮਣ ਜਿਹੜਾ ਨਾ ਰਾਇਆ ਬੰਨਿਆਂ ਦੇ ਬੰਨਿਆਂ ਦੇ ਉੱਤੋਂ ਇੰਨੇ ਨਾ ਉਹ ਵੱਡ ਲਿਆ ਸੀਗਾ ਤੇ ਕਣਕ ਵੀ ਇਹਦੀ ਮਾਸ਼ਾਅੱਲਾ ਸੋਹਣੀ ਹੋ ਗਈ ਸੀ ਤੇ ਰਾਇਆ ਵੀ ਸੋਹਣਾ ਹੋ ਗਿਆ ਸੀ ਤੇ ਹੁਣ ਵੀ ਮਾਸ਼ਾਅੱਲਾ ਜਿਹੜਾ ਨਾ ਵੀ ਰਾਇਆ ਚੰਗਾ ਹੀ ਆ ਮਾੜਾ ਨਹੀਂਗਾ ਰਾਇਆ ਅੱਛਾ ਖੜਾ ਵਾ ਦੇਖੋ ਨਾ ਇੱਧਰਲੀ ਸਾਈਡ ਤੋਂ ਵੀ ਬਾਈ ਜੀ ਤੁਹਾਨੂੰ ਆਪਾ ਦਿਖਾ ਦਿੰਨੇ ਆ ਅੱਛਾ ਬਾਈ ਜੀ ਟਾਈਮ ਸਵੇਰ ਦਾ ਵੀ ਤੜਕੇ-ਤੜਕੇ ਦਾ ਟਾਈਮ ਆ ਤੇ ਮੈਂ ਵੀ ਤੜਕੇ-ਤੜਕੇ ਨਾਲ ਵੀ ਖੇਤਾਂ ਨੂੰ ਹੀ ਆ ਗਿਆ ਮੈਂ ਮੈਂ ਕਿਹਾ ਵੀ ਚਲੋ ਚੱਲਦੇ ਆ ਆਪਣੇ ਖੇਤਾਂ 'ਚੋਂ ਹੀ ਚੱਲਦੇ ਤੇ ਨਾਲ ਇੱਥੇ ਵੀਡੀਓ ਵੀ ਬਣਾ ਲੈਂਦੇ ਆ ਜੀ ਹਾਂਜੀ ਜੀ ਅੱਛਾ ਉਹਨਾਂ ਰਾਏ ਤੁਹਾਨੂੰ ਜਿਹੜਾ ਦੱਸਿਆ ਨਾ ਹੋ ਗਿਆ ਤੇ ਕਣਕ ਵੀ ਵੀ ਮਾਸ਼ੱਲਾ ਦੀ ਚੰਗੀ ਹੋ ਗਈ ਆ ਰਾਏ ਦੀ ਜਿਹੜੀ ਪ੍ਰਾਫਿਟ ਉਹ ਅਲੱਦਾ ਆ ਗਈ ਆ ਤੇ ਕਣਕ ਦੀ ਪ੍ਰਾਫਿਟ ਉਹ ਅਲੱਦਾ ਆ ਗਈ ਅਭੀ ਇਹ ਰਾਏ ਦੇ ਝਾੜ ਜਿਹੜਾ ਸੀਗਾ ਉਹ ਅਲੱਦਾ ਨਿਕਾਲ ਲਿਆ ਤੇ ਕਣਕ ਦਾ ਜਿਹੜਾ ਸੀਗਾ ਝਾੜ ਉਹ ਅਲੱਦਾ ਕਰ ਲਿਆ ਦੇਖੋ ਨਾ ਐਵੇਂ ਵੀ ਜਿੰਨੇ ਹੀ ਹੈ ਤੇ ਬੰਨੇ ਨਾ ਟੋਟਲੀ ਮੈਂ ਸਾਰੇ ਤੁਹਾਨੂੰ ਹੁਣ ਵੀਜ਼ਿਟ ਕਰਾਉਂਦਾ ਪਿਆ ਵਾਂ ਸਾਰੇ ਰਕਬੇ ਦਾ ਹੀ ਇਸੇ ਤਰੀਕੇ ਨਾਲ ਮਾਸ਼ੱਲਾ ਸਾਰਾ ਰਾਇਆ ਨੇ ਸਾਰੇ ਵੀ ਕਾਫੀ ਜ਼ਮੀਨ ਹੈ ਤੇ ਮਾਸ਼ੱਲਾ ਜੰਗਾ ਜ਼ਿੰਮੇਦਾਰ ਵੱਡਾ ਜ਼ਿੰਮੇਦਾਰ ਛੋਟਾ ਜ਼ਿੰਮੇਦਾਰ ਨਹੀਂਗਾ ਇਸੇ ਤਰੀਕੇ ਇਹਨੇ ਕਾਫੀ ਰਾਇਆ ਇੱਦੇ ਬੰਨਿਆਂ ਦੇ ਉੱਤੇ ਨਾ ਵੀ ਲਾਇਆ ਹੋਇਆ ਵੀ ਲਾਇਆ ਕੀ ਹੋਇਆ ਵੀ ਕੇਰਿਆ ਹੋਇਆ ਰਾਇਆ ਜਿਹੜਾ ਨਾ ਬੰਨਿਆਂ ਦੇ ਉੱਤੇ ਸਾਰੇ ਜਿੰਨੇ ਵੀ ਬੰਨੇ ਸੀ ਉਹਨਾਂ ਦੇ ਉੱਤੇ ਕੇਰਿਆ ਹੋਇਆ ਵਾ ਅੱਛਾ ਭਾਈ ਜੀ ਤੁਹਾਡੇ ਨਾਲ ਮੈਂ ਗੱਲੇ ਕਰਦਾ ਵਾਂ ਵੀ ਵੈਸੇ ਉਹਦਾ ਜ਼ਿੰਮੇਦਾਰ ਵੀ ਮਾਸ਼ਾਅੱਲਾ ਅੱਗੇ ਨਾਲੋਂ ਨਾ ਵੀ ਸਿਆਣੇ ਹੋਏ ਆ ਵੀ ਇੱਕ ਫਸਲ ਦੇ ਵਿੱਚ ਨਾ ਦੋ ਦੋ ਤਿੰਨ ਤਿੰਨ ਬੀਜ ਕੇ ਬੈਹ ਜਾਂਦੇ ਆ ਉਹ ਬਾਦ ਕਾ ਆਤਾ ਮੇਰੇ ਵਰਗੇ ਵੀ ਯਾਨੀ ਕਿ ਸਹੀ ਰਹਿ ਜਾਂਦੇ ਆ ਤੇ ਕਈ ਜਿਹੜੇ ਆ ਮੇਰੇ ਵਰਗੇ ਵੀ ਉਹ ਖਰਾਬ ਵੀ ਹੋ ਜਾਂਦੇ ਆ ਉਹਨਾਂ ਦੀਆਂ ਫਸਲਾਂ ਵੀ ਖਰਾਬ ਵੀ ਹੋ ਜਾਂਦੀਆਂ ਨਹੀਂ ਵੀ ਸਹੀ ਨਿਕਲਦੀਆਂ ਤੇ ਇਹ ਤਾਂ ਵੈਸੇ ਪਰੋਂ ਵੀ ਸਹੀ ਰਹਿ ਗਿਆ ਤੇ ਕਿਦਾ ਪਤਾ ਨਹੀਂਗਾ ਵੀ ਸਹੀ ਰਹਿੰਦਾ ਵਾ ਜਾਂ ਨਹੀਂ ਰਹਿੰਦਾ ਜੀ ਹਾਂਜੀ ਹੁਣ ਆਪਾਂ ਅੱਗੇ ਚੱਲਦੇ ਆਓ ਤੁਹਾਨੂੰ ਅੱਗੋਂ ਵੀ ਵਿਜ਼ਿਟ ਕਰਾ ਕੇ ਉਹਨਾਂ ਅੱਗੋਂ ਵੀ ਤੁਹਾਨੂੰ ਕੋਈ ਫਸਲਾਂ ਦਿਖਾ ਕੇ ਲਿਓਨਾ ਦੇਖੋ ਖ ਬਾਈ ਜੀ ਆ ਵੀ ਬੰਨੇ ਦੇ ਉੱਤੇ ਬੀਜਿਆ ਹੋਇਆ ਵਾ ਵੀ ਇਹਨਾ ਕੀੜਾ ਕੀਤਾ ਹੋਇਆ ਵਾ ਰਾਏ ਦਾ ਇਸੇ ਤਰੀਕੇ ਮਾਸ਼ਾਅੱਲਾ ਨਾ ਵੀ ਸਾਰੇ ਜਿੰਨੇ ਵੀ ਬੰਨੇ ਆ ਨਾ ਬੰਨਿਆ ਬੰਨਿਆ ਦੇ ਉੱਤੇ ਉਹਨੇ ਇਦਾਂ ਹੀ ਸਾਰੇ ਹਰ ਪਾਸੇ ਕੇਰਾ ਕੀਤਾ ਹੋਇਆ ਵਾ ਆਪਾਂ ਹੁਣ ਚੱਲਦੇ ਆ ਅੱਗੇ ਅੱਗੇ ਵੀ ਤੁਹਾਨੂੰ ਕੋਈ ਸ਼ੈਵਾਂ ਦਿਖਾ ਕੇ ਲਿਆਉਣਾ ਵਾ ਅੱਛਾ ਭਾਈ ਜੀ ਤੁਹਾਡੇ ਅੱਗੇ ਮੈਂ ਛੋਟੀ ਜਿਹੀ ਇੱਕ ਰਿਕਵੈਸਟ ਕਰਦਾ ਵਾਂ ਕਿ ਆਪਣਾ ਜਿਹੜਾ ਜਿਹੜਾ ਨਾ ਵਾਚ ਟਾਈਮ ਉਹ ਬਹੁਤ ਘੱਟ ਚੱਲਦਾ ਪਿਆ ਵਾ ਵੀ ਕਾਫੀ ਘੱਟ ਹੀ ਚੱਲਦਾ ਪਿਆ ਆਪਣਾ ਵਾਚ ਟਾਈਮ ਨਹੀਂ ਪੂਰਾ ਹੁੰਦਾ ਪਿਆ ਆਪਣੇ ਸਬਸਕ੍ਰਾਈਬ ਵੀ ਠੀਕ ਹੁੰਦੇ ਪਿਆ views ਵੀ ਠੀਕ ਹੁੰਦੇ ਪਏ ਤੇ ਆਪਣਾ ਜਿਹੜਾ ਨਾ ਵਾਟ ਟਾਈਮ ਉਹ ਆਪਣਾ ਬਹੁਤ ਘੱਟ ਚੱਲਦਾ ਪਿਆ ਵਾ ਉਹਦੇ ਵਿੱਚ ਥੋੜੀ ਜੀ ਤੁਸੀਂ ਨਾ ਆਪਦੇ ਭਰਾ ਦੀ ਯਾਨੀ ਕਿ ਅੰਦਾਜ਼ ਕਰੋ ਹੈਲਪ ਕਰੋ ਵੀ ਉਹ ਥੋੜਾ ਜਆ ਤੁਸੀਂ ਵੀਡੀਓ ਸਾਰੀ ਦੇਖਿਆ ਕਰੋ ਜਿੱਦੇ ਮੇਰੇ ਵੀਰ ਮੇਰੇ ਮਿੱਤਰ ਮੇਰੇ ਦੋਸਤ ਮੇਰੇ ਭਰਾ ਮੇਰੀਆਂ ਸਾਰੀਆਂ ਵੀ ਯਾਨੀ ਕਿ ਇਹ ਜਿਹੜੀ ਮੈਂ ਅੱਜ ਡਾਊਨਲੋਡ ਕਰਨੀ ਨਾ ਵੀਡੀਓ ਵੀ ਮੁਕੰਮਲ ਤੁਸੀਂ ਦੇਖੋਗੇ ਨਾ ਇਸੇ ਤਰੀਕੇ ਨਾਲ ਜਿੰਨੇ ਮੇਰੇ ਦੋਸਤ ਮੇਰੇ ਭਰਾ ਉਹ ਦੇਖਣਗੇ ਪੂਰੀ ਪੂਰੀ ਵੀਡੀਓ ਦੇਖਣਗੇ ਤੇ ਉਹਦੇ ਚ ਵਾਈਟ ਟਾਈਮ ਆਪਣਾ ਅੱਲਾ ਦੇ ਹੁਕਮ ਦੇ ਨਾਲ ਅਲhamdulillah ਵੀ ਉਹ ਪੂਰਾ ਹੁੰਦਾ ਰਹੂਗਾ ਜੀ ਹਾਂਜੀ ਜੀ ਬਾਈ ਜੀ ਤੁਹਾਡੇ ਅੱਗੇ ਛੋਟੀ ਜਿਹੀ ਆਪਾਂ ਰਿਕਵੈਸਟ ਕਰੀ ਕੀਤੀ ਹੈ ਜੇ ਤੁਸੀਂ ਮੰਨ ਲਵੋ ਤੇ ਆਪਦੇ ਭਾਈ ইমরান ਦੀ ਤੁਹਾਡੀ ਮਿਹਰਬਾਨੀ ਹੋਊਗੀ ਆ ਦੇਖੋ ਨਾ ਬਾਈ ਜੀ ਇੱਧਰ ਵੀ ਐਸੇ ਤਰੀਕੇ ਮਾਸ਼ਾਅੱਲਾ ਕਾਫੀ ਵੀ ਬੰਨਿਆਂ ਦੇ ਉੱਤੇ ਕਣਕ ਦੇ ਵਿੱਚ ਇੰਨੇ ਨਾ ਵੀ ਰਾਏ ਦਾ ਛੱਟਾ ਬਨਿਆ ਬਨੈ ਤੇ ਲਾਇਆ ਵਾ ਇਸੇ ਤਰੀਕੇ ਸਾਰੇ ਆ ਬਾਕੀ ਹੁਣ ਆਪਾਂ ਅੱਗੇ ਚੱਲਦੇ ਅੱਗੋ ਤੁਹਾਨੂੰ ਦਿਖਾਉਨੇ ਆ ਵੀ ਉੱਥੇ ਨੇ ਕੀ ਕੀਤਾ ਹੋਇਆ ਕੀ ਨਹੀਂ ਕੀਤਾ ਹੋਇਆ ਚਲੋ ਇੱਥੇ ਆਪਾਂ ਤਾਂ ਦੇਖਦੇ ਪੈ ਨਾ ਅੱਗੇ ਚੱਲਦੇ ਆਂ ਅੱਛਾ ਜੀ ਭਾਈ ਜੀ ਗੱਲੇ ਵੇ ਆ ਕਿ ਜਿਹੜੇ ਮੇਰੇ ਦੋਸਤ ਮੇਰੇ ਮਿੱਤਰ ਮੇਰੀਆਂ ਵੀਡੀਓ ਨਵੀਆਂ ਦੇਖਦੇ ਪੈ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲੈਣ ਜੇ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਮੇਰੇ ਭਰਾ ਮੇਰੇ ਵੀਰ ਮੇਰੇ ਮਿੱਤਰ ਮੇਰੇ ਦੋਸਤ ਪੁਰਾਣੀਆਂ ਵੀਡੀਓ ਵੇਖਦੇ ਪੈ ਅਗਰ ਉਹਨਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਉਹ ਵੀ ਜਲਦੀ ਜਲਦੀ ਕਰ ਲੈਣ ਸਬਸਕ੍ਰਾਈਬ ਹੁਣ ਆਓ ਅੱਗੇ ਆਪਾਂ ਚੱਲੀਏ ਬਾਈ ਜੀ ਸੌਰੀ ਬਾਈ ਜੀ ਮੇਰੇ ਚੜ੍ਹਦੇ ਪੰਜਾਬ ਵਾਲੇ ਸਰਦਾਰ ਜੀ ਵੀਰ ਹੁਣੀ ਹੋਗਾ ਉਹਨਾਂ ਨੂੰ ਆਈ ਲਵ ਯੂ ਹੋ ਗਿਆ ਬਾਈ ਜੀ ਤੁਹਾਨੂੰ ਆਪਣਾ ਸਲੂਟ ਵਜ ਗਿਆ ਤੜਕੇ ਤੜਕੇ ਨਾਲੀ ਸਵੇਰ ਸਵੇਰ ਨਾਲੀ ਬਾਈ ਜੀ ਤੁਹਾਨੂੰ ਆਪਾਂ ਸਲੂਟ ਮਾਰ ਦਿੱਤਾ ਵਾ ਤੁਹਾਡੀਆਂ ਮੁਹੱਬਤਾਂ ਤੁਹਾਡਾ ਪਿਆਰ ਆ ਇਸ ਵਾਸਤੇ ਤੁਹਾਨੂੰ ਸਲਾਮ ਆ ਬਾਈ ਜੀ ਤੁਹਾ ਨੂੰ ਸਤਿ ਸ੍ਰੀ ਅਕਾਲ ਹੋ ਗਿਆ ਬਾਈ ਜੀ ਤੁਹਾਡੀਆਂ ਮੁਹੱਤਾਵਾਂ ਲੈnde ਪੰਜਾਬ ਵਾਲਿਆਂ ਨੂੰ ਵੀ ਬਾਈ ਜੀ ਸਲਾਮ ਹੋ ਗਿਆ ਯੂਰਪ ਵਾਲਿਆਂ ਨੂੰ ਕੈਨੇਡਾ ਵਾਲਿਆਂ ਨੂੰ ਤੁਰਕੀ ਵਾਲਿਆਂ ਨੂੰ ਦੁਬਈ ਵਾਲਿਆਂ ਨੂੰ ਜਿੰਨੇ ਮੇਰੇ ਪਾਕਿਸਤਾਨ ਤੋਂ ਭਰਾ ਗੈਰ ਮੁਲਕ ਗਏ ਹੋਇਆ ਬਾਈ ਜੀ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਤਰਫੋਂ ਸਲਾਮ ਹੋ ਗਿਆ ਤੇ ਉਹਨਾਂ ਦੀ ਤਰਫੋਂ ਵੀ ਆਪਾਂ ਨੂੰ ਸਲਾਮ ਹੋ ਗਿਆ ਕਿਉਂਕਿ ਬਾਈ ਜੀ ਕਈ ਤੇ ਕਮੈਂਟ ਦੇ ਵਿੱਚ ਲਿਖ ਦਿੰਦੇ ਸਲਾਮ ਤੇ ਕਈ ਨਹੀਂ ਲਿਖਦੇ ਵੈਸੇ ਕਮੈਂਟ ਕਰ ਦਿੰਦੇ ਆ ਤੇ ਇਸ ਵਾਸਤੇ ਬਾਈ ਜੀ ਉਹਨਾਂ ਦਾ ਵੀ ਸਲਾਮ ਆਪਾਂ ਨੂੰ ਹੋ ਗਿਆ ਤੇ ਆਪਣਾ ਸਲਾਮ ਉਹਨਾਂ ਨੂੰ ਹੋ ਗਿਆ ਤੇ ਹੁਣ ਆਓ ਆਪਾਂ ਅੱਗੇ ਚੱਲਦੇ ਆਂ ਜੀ ਹਾਂਜੀ ਜੀ ਅੱਗੇ ਚੱਲਦੇ ਆਂ ਅੱਗੇ ਵੀ ਕੁਝ ਵੀ ਕੁਛ ਤੁਹਾਨੂੰ ਨਾ ਅੱਗੋਂ ਵੀ ਕੁਛ ਈਸ਼ਾਵਾਂ ਦਾ ਕੋਈ ਵਿਜ਼ਿਟ ਕਰਾਉਨੇ ਆਂ ਵੀ ਉਹ ਕਿਹੜੀਆਂ ਕਿਹੜੀਆਂ ਈਸ਼ਾਵਾਂ ਉਧਰ ਆਪਾਂ ਜਾਂਦੇ ਪੈ ਹੁਣ ਉਹ ਤੁਹਾਨੂੰ ਆਪਾਂ ਦਿਖਾਉਨੇ ਆਂ ਔਰ ਉਹਦਾ ਵਿਜ਼ਿਟ ਕਰਦੇ ਵੀ ਕਿਹੜੀ ਕਿਹੜੀ ਸ਼ਹਿਤ ਕੀ ਕੀ ਹੈ ਕਿਵੇਂ ਕਿਵੇਂ ਆਂ ਜੀ ਹਾਂਜੀ ਜੀ ਇੱਥੇ ਤਾਂ ਬਾਈ ਜੀ ਆਪਾਂ ਗਏ ਐਂਡ ਤੇ ਆ ਤੇ ਇਹਨਾਂ ਕੋਈ ਵੀ ਸਰੋਂ ਦੇ ਰਾਏ ਦੇ ਬੂਟੇ ਛੱਡੇ ਹੋਏ ਆ ਬਰਸੀਨ ਬੀਜਿਆ ਹੋਇਆ ਸੀਗਾ ਆ ਦੇਖੋ ਨਾ ਦੇਖੋ ਖਵਾਈ ਜੀ ਬਰਸੀਨ ਬੀਜਿਆ ਹੋਇਆ ਸੀ ਬੀਰ ਆਇਆ ਵਿੱਚ ਛੱਡਿਆ ਹੋਇਆ ਵਾ ਤੇ ਇਹਦਾ ਵੀ ਤੁਹਾਨੂੰ ਆਪਾ ਵਿਜ਼ਿਟ ਕਰਾਤਾ ਇਹ ਵੀ ਤੁਹਾਨੂੰ ਦਿਖਾਤਾ ਹੁਣ ਅੱਗੇ ਚੱਲਦੇ ਆਂ ਵੀ ਅੱਗੇ ਕੀ ਬੀਜਿਆ ਹੋਇਆ ਵਾ ਵੀ ਕੋਸ਼ਤ ਤਾਂ ਬਾਈ ਜੀ ਨੇ ਇੱਥੇ ਆਪ ਦਾ ਨਾ ਕੋਈ ਡੇਰਾਦਾਰੀ ਵੀ ਬਣਾਇਆ ਹੋਇਆ ਆ ਕੋਈ ਸਲੀਪਾਂ ਸਲੂਪਾਂ ਜੜੀਆਂ ਨਾ ਹੁੰਦੀਆਂ ਵੀ ਖਾਲੇ ਤੇ ਲਾਉਣ ਵਾਲੀਆਂ ਉਹ ਰੱਖੀਆਂ ਹੋਈਆਂ ਤੇ ਆਪ ਥੋੜਾ ਜਿਹਾ ਤੁਹਾਨੂੰ ਨਾ ਵੀ ਡੇਰੇ ਦਾ ਪੈਣੀ ਦਾ ਉਹਦਾ ਵਿਜ਼ਿਟ ਕਰਾ ਦਿੰਨੇ ਇੱਥੇ ਰਹਿੰਦਾ ਹੁੰਦਾ ਸੀਗਾ ਹਰ ਸ਼ਾਇ ਇੱਥੇ ਰੱਖੀ ਹੁੰਦੀ ਸੀ ਯਾਨੀ ਕਿ ਮਜ਼ੇਰੇ ਵੀ ਥਿੰਦੇ ਸੀ ਆ ਦੇਖੋ ਨਾ ਉਹਨਾਂ ਦੀਆਂ ਰਾਇਸ਼ਨ ਅਲੱਗਾਂ ਬਣਾਈਆਂ ਹੋਈਆਂ ਆਪ ਦੀ ਉਹਨਾਂ ਰਾਇਸ਼ ਅਲੱਗਾਂ ਬਣਾਈ ਸੀ ਲੇਕਿਨ ਕੋਈ ਥੋੜਾ ਜਿਹਾ ਕੋ 2-3 ਮਹੀਨੇ ਹੋ ਚਲੇ ਉਹਨੂੰ ਇੱਥੋਂ ਚਲੇ ਗਿਆ ਵਾ ਉਹ ਚਲਾ ਹੁਣ ਸ਼ਹਿਰ ਗਿਆ ਵਾ ਅੱਛਾ ਭਾਈ ਜੀ ਗੱਲ ਇਹਵੇਂ ਆ ਕਿ ਕੁਛ ਨਾ ਵੀ ਬੰਦੇ ਨੂੰ ਮਜ਼ੇਰੇ ਵੀ ਨਹੀਂ ਲੱਭਦੇ ਮਜ਼ੇਰੇ ਵੀ ਭਾਈ ਜੀ ਸਾਨੂੰ ਤਾਂ ਬਹੁਤ ਨਾ ਜ਼ਿੰਮੇਦਾਰਾਂ ਜੱਟਾਂ ਜ਼ਿੰਮੇਦਾਰਾਂ ਮੇਰੇ ਭਰਾਵਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਮਿੱਤਰਾਂ ਨੂੰ ਵੀ ਤਾਂਗੀ ਕਰਦੇ ਰਹਿੰਦੇ ਆ ਛਮਾਈ ਚਵਾਈ ਲੋਂਦੇ ਤੇ ਭੱਜ ਜਾਂਦੇ ਆ ਤੇ ਇਸ ਵਾਸਤੇ ਮੇਰਾ ਖਿਆਲ ਆ ਕਿ ਉਹ ਚਲਾ ਗਿਆ ਵਾ ਔਰ ਇਹ ਮੇਰੀ ਗੱਲ ਹੋਈ ਸੀ ਵੈਸੇ ਜੀ ਹਾਂਜੀ ਜੀ ਬਾਈ ਹੁਣ ਆਪਾਂ ਅੱਗੇ ਚੱਲਦੇ ਆ ਅੱਗੋਂ ਦੇਖਦੇ ਆ ਉਹ ਤੁਹਾਨੂੰ ਆਪਾਂ ਕਿਹੜੀ ਸ਼ੈ ਦਿਖਾਉਨੇ ਆ ਕਿਹੜੀ ਚਾਹ ਨਹੀਂ ਦਿਖਾਉਂਦੇ ਜੀ ਹਾਂਜੀ ਬਾਜੀ ਆ ਤਾਂ ਕੋਈ ਆਪਣਾ ਸਰਕਾਰੀ ਖਾਲਾ ਹੁੰਦਾ ਵਾ ਜਿਹੜੇ ਜੱਟਾਂ ਜ਼ਿੰਮੇਦਾਰਾਂ ਦੇ ਖਾਲੇ ਹੁੰਦੇ ਆ ਬਾਕੀ ਫਸਲਾਂ ਹੀ ਆ ਸਵੇਰ ਸਵੇਰ ਤੜਕੇ ਤੜਕੇ ਦਾ ਟਾਈਮ ਆ ਤੇ ਹੁਣ ਤੁਹਾਨੂੰ ਆਪਾਂ ਕੁਝ ਥੋੜਾ ਜਾ ਹੋਰ ਵੀ ਵਿਜ਼ਿਟ ਕਰਾ ਦਿੰਨੇ ਵੀ ਉਹ ਕਿਹੜੀ ਸ਼ਹਿਰਾਂ ਕਰੋਨੇ ਆ ਜੀ ਹਾਂਜੀ ਜੀ ਬਾਜੀ ਆ ਵੀ ਸਲੀਪ ਪਾਈਆਂ ਇਧਰਲੀ ਸਾਈਡ ਤੇ ਵੀ ਪਈਆਂ ਹੋਈਆਂ ਦੇਖੋ ਖਾ ਬਾਜੀ ਮੇਰੇ ਚੜਦੇ ਪੰਜਾਬ ਵਾਲੇ ਕਮੈਂਟ ਦੇ ਵਿੱਚ ਸਲਾਹ ਦਾ ਯਾਰ ਲਾਜ਼ਮੀ ਦੱਸਣ ਕਿ ਚੜਦੇ ਪੰਜਾਬ ਚ ਵੀ ਇੰਡੀਆ ਦੇ ਵਿੱਚ ਵੀ ਇਸੇ ਤਰੀਕੇ ਹੀ ਸਲੀਪਾਂ ਲੱਗਦੀਆਂ ਵਾ ਖਾਲੇ ਇਸੇ ਤਰੀਕੇ ਪੱਕੇ ਬਣਦੇ ਜਾਂ ਸਾਡੇ ਵੀ ਇੱਧਰ ਪਾਕਿਸਤਾਨ ਦੇ ਵਿੱਚੀ ਮੁਲਕ ਦੇ ਵਿੱਚ ਵਿਖਾਲੇ ਇਸ ਤਰੀਕੇ ਬਣ ਲੱਗ ਪਏ ਅੱਗੇ ਵੈਸੇ ਇੱਟਾਂ ਨਾਲ ਬਣਦੇ ਸੀਗੇ ਇੱਟਾਂ ਦੇ ਖਾਲੇ ਹੁੰਦੇ ਸੀ ਸੀਮੈਂਟ ਦੇ ਤੇ ਇੱਟਾਂ ਦੇ ਹੁਣ ਵੈਸੇ ਸੌਖਾ ਹੀ ਸਿਸਟਮ ਕੱਢਿਆ ਸਲੀਪਾ ਲਾਉਂਦੇ ਤੇ ਵਿੱਚ ਨਰਾ ਖਰਾਕ ਕੇ ਹਲਕਾ ਹਲਕਾ ਉਹ ਸੀਮੈਂਟ ਲਾਈ ਜਾਂਦੇ ਤੇ ਖਾਲਾ ਤਿਆਰ ਹੋ ਜਾਂਦਾ ਵਾ ਅੱਛਾ ਬਾਜੀ ਆਤਾ ਉਹਦਾ ਕੋਈ ਪੁਰਾਣੇ ਜ਼ਮਾਨੇ ਦਾ ਟੂਲ ਵੀ ਲੱਗਾ ਹੋਇਆ ਹਾਬੀ ਪੱਟੇ ਤੇ ਸੀ ਪੂਰੀ ਭਾਲੀ ਤਬੀ ਲਾ ਕੇ ਰੱਖੀ ਹੋਈ ਆ ਤੇ ਇਹ ਖੂਦੇ ਖੂ ਆ ਤੇ ਖੂ ਦੇ ਵੇ ਵਿੱਚ ਰੱਖਿਆ ਹੋਇਆ ਵਾ ਪੱਖਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਡੂੰਗਾ ਹੀ ਹੋਇਆ ਕੀਤਾ ਹੋਇਆ ਵਾ ਦੇਖੋ ਨਾ ਭਾਈ ਜੀ ਕਾਫੀ ਡੂੰਗਾ ਯਾ ਕਾਫੀ ਥੱਲੇ ਪੱਖਾ ਜਾਂਦਾ ਹਾਂਜੀ ਜੀ ਭਾਈ ਜੀ ਆ ਤ ਕੁਝ ਸਾਫ ਵੀ ਉਹਨੇ ਵਿੱਚ ਲਾਈ ਹੋਈ ਆ ਤੇ ਲਸਣ ਲਾਇਆ ਵਾ ਤੇ ਕੋਈ ਧਨੀਆਂ ਵਗੈਰਾ ਵੀ ਸਬਜ਼ੀਆਂ ਵੀ ਲਾਈਆਂ ਹੋਈਆਂ ਤੇ ਕੋਈ ਮੂੰਗਰਾ ਤੇ ਕੋਈ ਸੁੰਗਰਾ ਤੇ ਕੋਈ ਪਾਲਕ ਇਸ ਤਰੀਕੇ ਨਾਲ ਵੀ ਨਾ वैसे जिम्मेदार कहता है बंदा कहता ही उस बंदे ਨੂੰ ਜਿਹੜਾ ਵੀ ਉਹ ਘਰ ਦੀਆਂ ਸਬਜ਼ੀਆਂ ਆਪਦੀਆਂ ਬੀਜਦਾ ਨਾ ਅਸਲ ਜ਼ਿੰਮੇਦਾਰ ਹੁੰਦਾ ਯੋ ਵਾ ਦੇਖੋ ਨਾ ਬੜੀ ਖੂਬਸੂਰਤੀ ਨਾ ਸਵੇਰ ਸਵੇਰ ਤੜਕੇ ਤੜਕੇ ਨਾ ਫੁੱਲ ਅਮੁੰਗਰਿਆ ਸੁੰਗਰਿਆ ਦੇ ਬੜੇ ਖੂਬਸੂਰਤੀ ਨਜ਼ਰ ਆ ਰਹਾ ਹੈ ਮੈਨੂੰ ਤਾਂ ਵੈਸੇ ਬੜੇ ਖੂਬਸੂਰਤ ਲੱਗਦੇ ਹੁੰਦੇ ਆ ਤੇ ਭਾਈ ਜੀ ਤੁਹਾਨੂੰ ਖੂਬਸੂਰਤੀ ਲੱਗਣ ਬੇ ਲੱਗਣ ਖੂਬਸੂਰਤ ਕਮੈਂਟ ਦੇ ਵਿੱਚ ਸਲਾਹ ਦਾ ਜਾ ਲਾਜ਼ਮੀ ਦੱਸਣਾ ਹੁਣ ਆਪਾਂ ਅੱਗੇ ਚੱਲਦੇ ਆਂ ਬਾਈ ਜੀ ਬਾਈ ਜੀ ਅੱਗੇ ਕੀ ਵੀ ਜਾਣਾ ਵੀ ਵੀਡੀਓ ਕਾਫੀ ਲੰਮੀ ਹੋ ਗਈ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਤੇ ਬਾਈ ਜੀ ਇੱਥੇ ਹੀ ਆਪਾਂ ਵੀਡੀਓ ਖਤਮ ਕਰਦੇ ਪਏ ਬਾਈ ਜੀ ਆਪਣਾ ਖਿਆਲ ਰੱਖਣਾ ਦੁਆਵਾਂ ਵਿੱਚ ਮੈਨੂੰ ਯਾਦ ਰੱਖਣਾ ਅੱਲਾ ਹਾਫਿਜ਼